ਉਦੋਂ ਤਾਂ ਅਸੀਂ 23ਵੇਂ ਸਥਾਨ 'ਤੇ ਸੀ। ਉਦੋਂ ਤਾਂ ਇਹਨਾਂ ਦੇ MLA ਬਹੁਤ ਰੌਲਾ ਪਾਉਂਦੇ ਸੀਗੇ, ਦੇਖੋ ਜੀ ਸਾਡਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ। ਹੁਣ ਪੰਜਾਬ 1 ਨੰਬਰ 'ਤੇ ਆ, ਇਹ 6ਵੇਂ ਨੰਬਰ 'ਤੇ ਆ। ਮਾੜੀ ਰਾਜਨੀਤੀ ਕਰਦੇ ਆ। ਮੈਂ ਸੋਚਦਾ ਸੀਗਾ ਕਿ ਉਹ ਇੰਟਲੈਕਚੁਅਲ ਬੈਠਣਗੇ, ਕੋਈ ਐਜੂਕੇਸ਼ਨਿਸਟ ਬੈਠਣਗੇ, ਸ਼ਾਇਦ ਉਹ ਕਿਤੇ ਡਿਸਕਸ਼ਨ ਕਰਨਗੇ ਕਿਸੇ ਬਾਥਰੂਮ ਦੇ ਵਿੱਚ ਜਾ ਕੇ। ਮੈਂ ਦਿੱਲੀ ਦੇ ਵਿੱਚ 3600 ਇੱਦਾਂ ਦੇ ਬਾਥਰੂਮ ਦਿਖਾਲ ਦਿੰਦਾ ਜਿਹੜੇ ਜਿੰਨੇ ਗੰਦੇ ਹੈਗੇ ਆ। ਕਦੀ ਉਹ ਸਾਡੇ ਬਾਰਡਰ 'ਤੇ ਜਾ ਕੇ ਉਹ ਨਹੀਂ ਦੇਖਿਆ ਜਿਹੜੇ ਬਾਰਡਰ ਏਰੀਆਜ਼ ਹੈਗੇ ਆ, ਜਿੱਥੇ ਬੇੜੀਆਂ ਵਾਲੇ ਪੁਲ ਤੋਂ ਗਾਂਹ ਜਾਣਾ ਪੈਂਦਾ, ਉੱਥੇ ਵੀ ਅਸੀਂ ਐਜੂਕੇਸ਼ਨ ਦਿੱਤੀ। ਰੇਤ 5 ਰੁਪਈਏ ਕੀਤੀ ਆ, ਇਹਨਾਂ ਨੂੰ ਤਕਲੀਫ ਕਾਹਦੀ ਨਾ? ਐਕਚੁਅਲੀ ਅਸਲੀ ਗੱਲ ਹੈ, ਆਪ ਕੋਲ ਨਾ ਮੁੱਦਾ ਹੀ ਆ ਨਾ ਬੰਦਾ ਹੀ ਆ ਕੋਈ, ਇਹਨਾਂ ਕੋਲ ਕੁਛ ਨਹੀਂ ਹੈਗਾ, ਬਿਲਕੁਲ ਪਿਓਰਲੀ ਲਿਫਾਫਾ। ਔਰ ਹੈਲਥ ਸਿਸਟਮ ਦੀ ਜਿਹੜੀ ਗੱਲ ਕਰਦੇ ਨਾ, ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਆ, ਤੁਸੀਂ ਜਦੋਂ ਇਹ ਹੋਇਆ ਸੀ ਨਾ ਕੋਵਿਡ, ਅਤੇ ਉਦੋਂ ਦਿੱਲੀ ਤੋਂ ਲੋਕ ਲਗਾਤਾਰ ਵੱਧ ਰਹੀਆਂ ਸੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ। ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਝੀ ਆਪਣੇ ਲੋਕਾਂ ਦੀ ਤਕਲੀਫ ਤੇ ਦੇ ਦਿੱਤਾ ਵੱਡਾ ਤੋਹਫ਼ਾ। ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲੈ ਕੇ ਪੈਟਰੋਲ ਦੇ ਰੇਟ ਅਸੀਂ 10 ਰੁਪਈਏ ਘੱਟ ਕਰ ਰਹੇ ਹੈ, ਅੱਜ ਹੀ ਰਾਤ ਤੋਂ 10 ਰੁਪਈਏ। 5 ਰੁਪਈਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ, ਜਿਹੜਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ। ਪੰਜਾਬ ਦੇ ਵਿੱਚ 5 ਰੁਪਏ ਡੀਜ਼ਲ ਤੇ 10 ਰੁਪਏ ਹੋਰ ਸਸਤਾ ਕੀਤਾ ਪੈਟਰੋਲ। We are very thankful for the Chennai sir. ਤਾਹੀ ਤਾਂ ਸੀਐਮ ਚੰਨੀ ਤੋਂ ਸਦਕੇ ਜਾਂਦੇ ਨੇ ਪੰਜਾਬ ਦੇ ਲੋਕ। ਵਧੀਆ ਗੱਲ ਆ, ਸਸਤਾ ਹੋ ਗਿਆ ਜੀ, ਚੰਗੀ ਗੱਲ ਆ, ਮਾੜਾ ਮੋਟਾ ਸਾਹ ਆਊਗਾ ਜੀ ਸਾਨੂੰ ਵੀ ਜੀ। ਬਹੁਤ ਫਰਕ ਪੜਤਾ ਹੈ, 10 ਰੁਪਏ ਸੇ ਵੀ ਬਹੁਤ ਜ਼ਿਆਦਾ ਫਰਕ ਪੜਤਾ ਹੈ। ਬੈਨੀਫਿਟ ਸਾਨੂੰ ਹੋਇਆ। ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਕਰਦੀ ਮਸਲੇ ਹੱਲ। ਤਰਾ ਤਰਾ ਕਰਦੇ ਜਾਂ ਲੁਧਿਆਣੇ ਆਉਂਦੇ ਸੀ, ਪੰਜਾਬ 'ਚ ਆਉਂਦੇ ਸੀ, ਜਲੰਧਰ ਤਾਂ ਮੈਨੂੰ ਲੇਗਾ ਮੇਰਾ ਖਿਆਲ 100 ਫੋਨ ਆਇਆ ਹੋਣਾ, ਅਤੇ ਫਿਰ ਇਹ ਕਿਹੜੀਆਂ ਗੱਲਾਂ ਕਰਦੇ ਆ? ਪੰਜਾਬ ਦੇ ਖੇਡ ਮੰਤਰੀ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਪਹੁੰਚੇ ਨੇ, ਜਿੱਥੇ ਬਾਸਕਟਬਾਲ ਦਾ ਫਾਈਨਲ ਅੱਜ ਜਿਹੜਾ ਮੈਚ ਹੋ ਰਿਹਾ ਸੀਗਾ। ਅਤੇ ਦੂਜੇ ਪਾਸੇ ਚੁਣਾਵੀ ਅਖਾੜਾ ਵੀ ਲਗਾਤਾਰ ਭਖਦਾ ਨਜ਼ਰ ਆ ਰਿਹਾ। ਗੱਲਬਾਤ ਕਰ ਲੈਂਦੇ ਪ੍ਰਗਟ ਸਿੰਘ ਜੀ, ਸਰ ਅੱਜ ਇੱਥੇ ਆਏ ਹੋ, ਕਿਸ ਤਰ੍ਹਾਂ ਲੱਗਦਾ? ਸਪੋਰਟਸ ਨੂੰ ਲੈ ਕੇ ਨੌਜਵਾਨਾਂ 'ਚ ਤਾਂ ਉਤਸ਼ਾਹ ਹੈਗਾ, ਪਰ ਸਰਕਾਰ ਦੀ ਨੀਤੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਹਜੇ ਵੀ ਜਿਹੜੀ ਹੈਗੀ ਆ ਨਾਰਾਜ਼ਗੀ ਨਜ਼ਰ ਆਉਂਦੀ ਹੈ। ਕਿਸ ਤਰ੍ਹਾਂ ਦੀ ਨਾਰਾਜ਼ਗੀ ਤੁਸੀਂ ਮੈਨੂੰ ਦੱਸ ਦਿਓ। ਸਰ ਲੁਧਿਆਣਾ ਸਮਾਰਟ ਸਿਟੀ ਆ, ਸਮਾਰਟ ਸਿਟੀ ਦੇ ਵਿੱਚ ਕਈ ਤਰ੍ਹਾਂ ਦੇ ਫੰਡ ਆਏ, ਪਰ ਸਪੋਰਟਸ ਦੇ ਵਿੱਚ ਸਪੋਰਟਸ ਵਾਸਤੇ ਵੀ ਕਈ ਤਰ੍ਹਾਂ ਦੇ ਉਹਦੇ ਪ੍ਰੋਜੈਕਟ ਰੱਖੇ ਗਏ ਸੀਗੇ, ਪਰ ਉਹ ਹਾਲੇ ਤੱਕ ਇੰਪਲੀਮੈਂਟ ਹੁੰਦੇ ਨਜ਼ਰ ਨਹੀਂ ਆ ਰਹੇ। ਵੀ ਦੇਖੋ, ਕਮੀਆਂ ਪੇਸ਼ੀਆਂ ਸਿਸਟਮ ਦੇ ਵਿੱਚ ਹੈਗੀਆਂ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਡੀ ਜਿਹੜਾ ਐਗਜ਼ੈਕਟਿਵ ਹੈ ਉਹਦੇ ਵਿੱਚ ਹੋਰ ਥਰਸਟ ਦੀ ਜ਼ਰੂਰਤ ਹੈਗੀ ਆ, ਪੋਲੀਟੀਕਲ ਸਿਸਟਮ ਦੇ ਵਿੱਚ ਵੀ ਹੋਰ ਥਰਸਟ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਉਹਨੂੰ ਮਿਹਨਤ ਨਾਲ ਅੱਗੇ ਲਿਜਾ ਸਕੀਏ। ਸਰ ਚੋਣ ਜ਼ਾਬਤੇ ਨੂੰ ਹੁਣ ਕੁਛ ਦਿਨ ਰਹਿ ਗਏ ਆ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਵਿੱਚ ਆ ਕੇ ਸਕੂਲਾਂ ਦਾ ਦੌਰਾ ਕਰਕੇ ਗਏ ਆ, ਤੁਹਾਨੂੰ ਸਿੱਧਾ ਸਿੱਧਾ ਕਈ ਮੁੱਦਿਆਂ 'ਤੇ ਚੈਲੇਂਜ ਵੀ ਕਰਦੇ ਨਜ਼ਰ ਆ ਰਹੇ ਆ, ਅਤੇ ਕੀ ਕਹਿਣਾ ਚਾਹੋਗੇ ਸਕੂਲਾਂ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਆਹਮਣੇ ਸਾਹਮਣੇ ਹੁੰਦੀ ਨਜ਼ਰ ਆ ਰਹੀ? ਦਿੱਲੀ ਇੱਕ ਮਿਊਂਸਪੈਲਿਟੀ ਆ, ਸਾਡੇ ਕੋਲ 19,322 ਸਕੂਲ ਆ, ਉਹਨਾਂ ਕੋਲ 1,052 ਸਕੂਲ ਆ।
ਇੱਕ ਮੈਟਰੋਪੋਲੀਟਨ ਸਿਟੀ ਦਾ ਇੱਕ ਸੂਬੇ ਨਾਲ, ਉਹ ਵੀ ਜਿਹੜਾ ਖਾਸ ਕਰਕੇ ਸਰਹੱਦੀ ਸੂਬਾ, ਉਹਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ। ਪਰ ਫਿਰ ਵੀ ਮੈਂ ਉਹਨਾਂ ਦਾ ਚੈਲੰਜ ਇਸ ਕਰਕੇ ਐਕਸੈਪਟ ਕੀਤਾ ਕਿ ਜਿਹੜਾ PGI ਸਕੋਰ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਕੱਢਦੀ ਆ, ਉਹਦੇ ਵਿੱਚ ਜਦੋਂ ਤਾਂ ਅਸੀਂ 23ਵੇਂ ਸਥਾਨ 'ਤੇ ਸੀ, ਉਦੋਂ ਤਾਂ ਇਹਨਾਂ ਦੇ MLA ਬਹੁਤ ਰੌਲਾ ਪਾਉਂਦੇ ਸੀਗੇ, ਦੇਖੋ ਜੀ ਸਾਡਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ, ਹੁਣ ਪੰਜਾਬ 1 ਨੰਬਰ 'ਤੇ ਆ, ਇਹ 6ਵੇਂ ਨੰਬਰ 'ਤੇ ਆ। ਔਰ ਅਸਲੀ ਗੱਲ ਹੈ, ਮਾੜੀ ਰਾਜਨੀਤੀ ਕਰਦੇ ਆ। ਮੈਂ ਸੋਚਦਾ ਸੀਗਾ ਕਿ ਉਹ ਇੰਟਲੈਕਚੁਅਲ ਬੈਠਣਗੇ, ਕੋਈ ਐਜੂਕੇਸ਼ਨਿਸਟ ਬੈਠਣਗੇ, ਸ਼ਾਇਦ ਉਹ ਕਿਤੇ ਡਿਸਕਸ਼ਨ ਕਰਨਗੇ। ਕਿਸੇ ਬਾਥਰੂਮ ਦੇ ਵਿੱਚ ਜਾ ਕੇ, ਮੈਂ ਦਿੱਲੀ ਦੇ ਵਿੱਚ 3600 ਇੱਦਾਂ ਦੇ ਬਾਥਰੂਮ ਦਿਖਾਲ ਦਿੰਦਾ ਜਿਹੜੇ ਜਿੰਨੇ ਗੰਦੇ ਹੈਗੇ ਆ। ਸਾਡੇ ਪਿਛਲੇ ਸਮੇਂ ਦੇ ਵਿੱਚ ਟੀਚਰਜ਼ ਨੇ ਬਹੁਤ ਮਿਹਨਤ ਕੀਤੀ ਆ, ਕਿਉਂਕਿ ਟੀਚਰ ਹੀ ਇੱਕ ਦੇਸ਼ ਨੂੰ ਡਿਵੈਲਪ ਕਰਦਾ ਹੈਗਾ, ਉਹਦੇ ਯੂਥ ਨੂੰ ਡਿਵੈਲਪ ਕਰਦਾ ਹੈਗਾ। NRIs ਨੇ ਬੜੇ ਪੈਸੇ ਦਿੱਤੇ ਆ, ਈਵਨ ਕਿ ਜਿਹੜੇ ਲੋਕਲ ਲੋਕ ਹੈਗੇ ਆ ਉਹਨਾਂ ਦਾ ਬੜਾ ਹੈਲਪ ਹੈਗੀ ਆ। ਸਰਕਾਰ ਨੇ ਉਹਦੇ 'ਤੇ ਮਿਹਨਤ ਕੀਤੀ ਆ, ਤਾਂ ਹੀ ਅਸੀਂ ਨੰਬਰ 1 ਆਏ ਹੈਗੇ ਹਾਂ। ਅਤੇ ਹੋਰ ਕਾਹਦਾ ਚੈਲੰਜ ਹੁੰਦਾ, ਮੈਨੂੰ ਤਾਂ ਅੱਜ ਤੱਕ ਨਹੀਂ ਸਮਝ ਆਇਆ। ਕਹਿੰਦੇ ਇਕੱਲੀ ਪੇਂਟਿੰਗ ਜਾਂ ਦੀਵਾਰਾਂ ਚਮਕਾਉਣ ਦੇ ਨਾਲ ਸਮਾਰਟ ਸਕੂਲ ਨਹੀਂ ਬਣ ਜਾਂਦੇ, ਸਮਾਰਟ ਸਕੂਲ ਦੇ ਜਿਹੜੇ ਵਿੱਚ ਫੈਸਿਲਿਟੀ ਹੋਣੀ। PGI ਇੰਡੈਕਸ ਦੇ ਵਿੱਚ 5 ਪੈਰਾਮੀਟਰਸ ਹੈਗੇ ਆ, 5 ਪੈਰਾਮੀਟਰ ਦੇ ਵਿੱਚ ਪੰਜਾਬ ਦਿੱਲੀ ਨਾਲੋਂ ਬੈਟਰ ਹੋਇਆ। ਮੈਂ ਨਹੀਂ ਕਹਿੰਦਾ, ਮੈਂ ਫਿਰ ਵੀ ਕਹਿੰਦਾ ਹੈਗਾ, ਕਿਉਂਕਿ ਉਹਨਾਂ ਦਾ ਮੁਕਾਬਲਾ UT ਨਾਲ ਤਾਂ ਹੋ ਸਕਦਾ ਚੰਡੀਗੜ੍ਹ ਨਾਲ, ਕਿਉਂਕਿ ਮੈਟਰੋਪੋਲੀਟਨ ਸਿਟੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹ ਜ਼ਿਆਦਾ ਅਵੇਅਰ ਆ। ਕਦੀ ਉਹ ਸਾਡੇ ਬਾਰਡਰ 'ਤੇ ਜਾ ਕੇ ਉਹ ਨਹੀਂ ਦੇਖਿਆ ਜਿਹੜੇ ਬਾਰਡਰ ਏਰੀਆਜ਼ ਹੈਗੇ ਆ ਜਿੱਥੇ ਬੇੜੀਆਂ ਵਾਲੇ ਪੁਣ ਤੋਂ ਗਾਂਹ ਜਾਣਾ ਪੈਂਦਾ, ਉੱਥੇ ਵੀ ਅਸੀਂ ਐਜੂਕੇਸ਼ਨ ਪਹੁੰਚਾਈ। ਉਹ ਮੁੱਖ ਮੰਤਰੀ ਸਾਹਿਬ ਦੇ ਹਲਕੇ ਨੂੰ ਵਿੱਚ ਗਏ ਨੇ ਅਤੇ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਆ, ਚਾਹੇ ਰੇਤ ਵਾਲੇ ਮੁੱਦੇ 'ਤੇ ਹੋਵੇ, ਚਾਹੇ ਸਕੂਲਾਂ ਵਾਲੇ ਮੁੱਦੇ 'ਤੇ ਹੋਵੇ। ਅਸੀਂ ਰੇਤ 5 ਰੁਪਏ ਕੀਤੀ ਆ, ਇਹਨਾਂ ਨੂੰ ਤਕਲੀਫ ਕਾਹਦੀ ਨਾ? ਐਕਚੁਅਲੀ ਅਸਲੀ ਗੱਲ ਹੈ, ਆਪ ਕੋਲ ਨਾ ਮੁੱਦਾ ਹੀ ਆ ਨਾ ਬੰਦਾ ਹੀ ਆ ਕੋਈ। ਅਸਲੀ ਰਿਐਲਿਟੀ ਮੈਂ ਤੁਹਾਨੂੰ ਦੱਸਾਂ, ਇਹਨਾਂ ਕੋਲ ਕੁਛ ਨਹੀਂ ਹੈਗਾ, ਬਿਲਕੁਲ ਪਿਓਰਲੀ ਲਿਫਾਫਾ। ਔਰ ਹੈਲਥ ਸਿਸਟਮ ਦੀ ਜਿਹੜੀ ਗੱਲ ਕਰਦੇ ਆ ਨਾ, ਮਹੱਲਾ ਕਲੀਨਿਕਾਂ ਦੀ ਗੱਲ ਕਰਦੇ ਆ, ਤੁਸੀਂ ਜਦੋਂ ਇਹ ਹੋਇਆ ਸੀ ਨਾ ਕੋਵਿਡ, ਅਤੇ ਉਦੋਂ ਦਿੱਲੀ ਤੋਂ ਲੋਕ ਤਰ੍ਹਾਂ ਤਰ੍ਹਾਂ ਕਰਦੇ, ਜਾਂ ਲੁਧਿਆਣੇ ਆਉਂਦੇ ਸੀ, ਪੰਜਾਬ 'ਚ ਆਉਂਦੇ ਸੀ, ਜਲੰਧਰ ਤਾਂ ਮੈਨੂੰ ਲੇਗਾ ਮੇਰਾ ਖਿਆਲ 100 ਫੋਨ ਆਇਆ ਹੋਣਾ, ਅਤੇ ਫਿਰ ਇਹ ਕਿਹੜੀਆਂ ਗੱਲਾਂ ਕਰਦੇ ਆ? ਅਤੇ ਦੂਜੇ ਪਾਸੇ ਵਿਕਰਮ ਮਜੀਠੀਆ ਲਗਾਤਾਰ ਹਮਲਾਵਰ ਨੇ ਸਰਕਾਰ ਦੇ ਉੱਤੇ, ਉਹ ਕਹਿੰਦੇ ਨੇ ਕਿ ਸਰਕਾਰ ਸਿਰਫ ਕੋਰੀ ਬਿਆਨਬਾਜ਼ੀ ਕਰ ਰਹੀ ਹੈ, ਸਿਰਫ ਉਹਨਾਂ ਦਾ ਸਰਕਾਰ ਦਾ ਮਕਸਦ ਹੈ ਕਿਤੇ ਸੁਖਬੀਰ ਬਾਦਲ ਜਾਂ ਵਿਕਰਮ ਮਜੀਠੀਆ ਨੂੰ ਅੰਦਰ ਕਰ ਦੇਣ। ਪੁਲਿਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਉਹਨਾਂ ਕਿਸੇ ਵੀ ਮੁੱਦੇ ਨੂੰ ਲੈ ਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ। ਨਹੀਂ, ਮੈਂ ਇੱਦਾਂ ਦੀ ਰਾਜਨੀਤੀ ਦਾ ਹਾਮੀ ਨਹੀਂ ਹੈਗਾ, ਕਿਉਂਕਿ ਜਿਹੜਾ ਜੋ ਕਰੇ ਉਹ ਭਰੇ। ਮੈਂ ਕਦੀ ਇਸ ਗੱਲ ਨਾਲ ਸਹਿਮਤੀ ਨਹੀਂ ਹੁੰਦਾ, ਕਿਉਂਕਿ ਹੈਲਦੀ ਡੈਮੋਕ੍ਰੇਸੀ ਹੋਣੀ ਚਾਹੀਦੀ ਆ। ਹਾਂ, ਜਿਹਨੇ ਜੋ ਕੀਤਾ ਹੈਗਾ, ਕਿਸੇ ਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਆ? ਮੰਨ ਲਓ ਮੇਰੇ ਨਾਲ ਇੰਟਰਨਲੀ ਵੀ ਕਈਆਂ ਦੇ ਡਿਫਰੈਂਸਿਸ ਹੁੰਦੇ, ਐਕਸਟਰਨਲੀ ਵੀ ਹੁੰਦੇ ਆ, ਪਰ ਜੇ ਮੈਂ ਕੁਛ ਕੀਤਾ ਨਹੀਂ, ਫਿਰ ਮੈਨੂੰ ਡਰਨ ਦੀ ਕੀ ਜ਼ਰੂਰਤ ਹੈ? ਫਿਰ ਵਿਕਰਮ ਨੂੰ ਇਹੋ ਜਿਹਾ ਡਰਨ ਦੀ ਕੀ ਜ਼ਰੂਰਤ ਹੈਗੀ ਆ? ਸਰ, ਕੈਪਟਨ ਸਾਹਿਬ ਲਗਾਤਾਰ ਜਿਹੜੇ ਹੈਗੇ ਆ, ਹੁਣ ਜਿਹੜੇ ਸਵਾਲ ਤੁਸੀਂ ਕੈਪਟਨ ਸਾਹਿਬ 'ਤੇ ਚੱਕਦੇ ਸੀਗੇ ਅੱਜ ਤੋਂ 3 ਮਹੀਨੇ ਪਹਿਲਾਂ ਕਿ ਕਾਰਗੁਜ਼ਾਰ, ਹਾਂ 3 ਮਹੀਨੇ ਪਹਿਲਾਂ ਤੱਕ ਕਹਿ ਰਿਹਾ ਮੈਂ ਕਿ ਉਹ ਹੁਣ ਸਵਾਲ ਤੁਹਾਡੇ 'ਤੇ ਵੀ ਚੱਕ ਰਹੇ ਨੇ, ਕਹਿੰਦੇ ਬੇਅਦਬੀ ਦਾ ਇਸ਼ੂ ਕਿੱਥੇ ਗਿਆ ਹੁਣ, ਅਤੇ ਡਰੱਗ ਦਾ ਇਸ਼ੂ ਨੂੰ ਲੈ ਕੇ ਜਿਹੜੇ ਕਿੱਥੇ ਗਈ ਕਾਰਵਾਈਆਂ? ਕੈਪਟਨ ਸਾਹਿਬ, ਬੀਤੇ ਸਮੇਂ ਦੀ ਗੱਲ ਹੈ। ਦੇਖੋ, ਕੈਪਟਨ ਸਾਹਿਬ 2017 ਦੇ ਵਿੱਚ ਉਹਨਾਂ ਦੇ ਮੂੰਹ ਨੂੰ ਵੋਟਾਂ ਪਈਆਂ ਸੀ, ਲੇਕਿਨ 4 ਸਾਲ ਪਰਫੋਰਮੈਂਸ ਨਹੀਂ। ਇਹ ਤਾਂ ਬੇਸਿਕਲੀ 90 ਦਿਨ ਦੀ ਸਰਕਾਰ ਹੈਗੀ ਆ, ਇਹਦੇ ਵਿੱਚ ਸਮੱਸਿਆਵਾਂ ਹੈਗੀਆਂ। ਮੈਂ ਨਹੀਂ ਕਹਿੰਦਾ, ਮੈਂ ਉਹਨੂੰ ਡਿਨਾਈ ਵੀ ਨਹੀਂ ਕਰਦਾ, ਮੈਂ ਕਹਿੰਦਾ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਉਹ ਮਹਿਕਮੇ ਜਿਹੜੇ ਡਿਪਾਰਟਮੈਂਟ, ਜਿਹੜੇ ਪੋਲੀਟੀਸ਼ੀਅਨ ਕੋਲ ਹੈਗੇ ਆ, ਮੈਨੂੰ ਲੱਗਦਾ ਦੇ ਆਰ ਆਨਸਰੇਬਲ, ਕਿਉਂਕਿ ਉਹਨਾਂ ਨੂੰ ਆਨਸਰੇਬਲ ਐਜ਼ ਏ ਕੁਲੈਕਟਿਵ ਰਿਸਪੋਂਸੀਬਿਲਟੀ, ਯੈਸ, ਕਿ ਸਾਨੂੰ ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜੀਆਂ ਚੀਜ਼ਾਂ ਆ ਉਹਨੂੰ ਠੀਕ ਕੀਤਾ ਜਾ ਸਕੇ।
ਸਰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇਸ਼ੂ ਬਹੁਤ ਹੈਗਾ ਵਾ, ਤੁਹਾਡੇ ਮਹਿਕਮੇ ਦੇ ਵਿੱਚ ਵੀ ਕਈ ਜਿਹੜੇ ਅਧਿਆਪਕ ਨੇ ਇਸ ਨੂੰ ਲੈ ਕੇ ਮੁੱਦਾ ਬਣਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ MLA ਹੋਸਟਲ ਦੇ ਵਿੱਚ ਵੀ ਇੱਕ ਨੌਜਵਾਨ ਚੜਿਆ ਹੋਇਆ ਸੀ, ਤੁਹਾਡੇ ਨਾਲ ਵੀ ਗੱਲਬਾਤ ਕੀਤੀ ਵਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਵੱਲੋਂ, ਉਹ ਮੁੱਦਾ ਕਹਿੰਦੇ ਹਜੇ ਤੱਕ ਨਹੀਂ ਸੋਲਵ ਹੋਇਆ, ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਦੇਖੋ ਇਹ ਜਿਹੜੇ ਇਸ਼ੂ ਹੈ ਇਹ ਹੈ 5% ਹੈ, ਮੇਰੇ ਕੋਲ ਅੱਜ ਵੀ 31,000 ਪੋਸਟਾਂ ਖਾਲੀ ਪਈਆਂ। ਐਕਚੁਲੀ ਦੇਖੋ ਇਹਨੂੰ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ, ਇਹ ਹੌਲੀ ਹੌਲੀ ਕੀ ਹੋਇਆ, ਰੂਲਾਂ ਦੀ ਡਿਵਰਸ਼ਨ ਹੋ ਗਈ। ਜਦੋਂ ਇਹ ਮੁੱਦੇ ਕੋਰਟ 'ਚ ਜਾਂਦੇ ਆ, ਕੋਰਟ ਇਹ ਦੇਖਦੀ ਆ ਵੀ ਇਕੁਅਲ ਅਪਰਚੁਨਿਟੀ ਮਿਲੀ ਆ, ਜੇ ਇਕੁਅਲ ਅਪਰਚੁਨਿਟੀ ਨਹੀਂ ਮਿਲੀ ਤਾਂ ਫਿਰ ਕੋਰਟ ਉਹਨੂੰ ਸਟੱਕ ਡਾਊਨ ਕਰ ਦਿੰਦੀ ਆ। ਮੈਂ ਇਹਨਾਂ ਜਿੰਨੀਆਂ ਵੀ ਜਥੇਬੰਦੀਆਂ, ਮੈਂ ਉਹਨਾਂ ਨੂੰ 5-5 ਵਾਰੀ ਮਿਲ ਲਿਆ, ਮੈਂ ਕਿਹਾ ਆਪਾਂ ਕਮ ਸੇ ਕਮ 31,000 ਬੱਚਿਆਂ ਦੀ ਭਰਤੀ ਤਾਂ ਹੋਲਣ ਦਈਏ, ਕਿਉਂਕਿ ਹੋਇਆ ਕੀ ਇਹ ਸਮੇਂ ਸਮੇਂ 'ਤੇ ਪਾਈਲਅਪ ਹੋ ਗਿਆ, ਕੁਛ ਚੀਜ਼ਾਂ ਜਿਹੜੀਆਂ ਆ ਡੂਏਬਲ ਹੈਗੀਆਂ, ਕੁਛ ਨਹੀਂ ਕਰਨ ਵਾਲੀਆਂ ਹੈਗੀਆਂ। ਅੱਛਾ ਫਿਰ ਮੈਂ ਨਹੀਂ ਇਸ ਗੱਲ ਨਾਲ ਸਹਿਮਤ ਹੈਗਾ ਕਿ ਹਾਂ ਬਈ ਤੁਸੀਂ ਬਹਿ ਕੇ ਗੱਲ ਕਰੋ, ਬਹਿ ਕੇ ਆਪਾਂ ਜਿਹੜਾ ਗੱਲ ਆ ਉਹਨੂੰ ਗਾਂਹ ਤੋਰੀਏ। ਲਗਾਤਾਰ ਤਾਂ ਇਹੀ ਮੁੱਦਾ ਇਸ ਟਾਈਮ ਹਰ ਜਥੇਬੰਦੀ 15 ਮਹਿਕਮਿਆਂ ਦੇ ਵਿੱਚ ਕਿੰਨੇ ਹੀ ਹਜ਼ਾਰਾਂ ਨੌਜਵਾਨ ਹੁਣ ਧਰਨੇ ਪ੍ਰਦਰਸ਼ਨਾਂ 'ਤੇ ਬੈਠੇ ਹੋਏ, ਚਾਹੇ PRTC ਦੀ ਗੱਲ ਕਰ ਲਈਏ ਚਾਹੇ ਸਿਹਤ ਮਹਿਕਮੇ ਦੀ ਗੱਲ। ਜੇ ਮੇਰੇ ਮਹਿਕਮੇ ਦੀ ਗੱਲ ਤੁਸੀਂ ਕਰੋ, ਮੇਰੇ ਕੋਲ 31,000 ਪੋਸਟਾਂ ਖਾਲੀ ਪਈਆਂ, 31,000, ਕਿਉਂਕਿ ਜੇ ਅਸੀਂ ਰੂਲਾਂ ਦੀ ਵਾਇਲੇਸ਼ਨ ਕਰਾਂਗੇ ਸਾਨੂੰ ਕਦੀ ਕੋਰਟ ਅਲਾਓ ਨਹੀਂ ਕਰੂਗਾ। ਇਹ 2011 ਦੇ ਸਟਰਗਲ ਕਰਦੇ ਆ, ਜੇ 21 ਆ ਗਿਆ 31 ਵੀ ਆ ਜਾਣਾ, 41 ਵੀ ਆ ਜਾਣਾ, ਪਰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਅਸੀਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਜ਼ਰੂਰਤ ਹੈਗੀ, ਅਸੀਂ ਉਹਦੇ 'ਤੇ ਕਰਕੇ ਉਹਨੂੰ ਪਹਿਰਾ ਦਈਏ। ਤੁਸੀਂ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜਿਹੜਾ ਦਾਵਾ ਕੀਤਾ ਵਾ, ਭਗਵੰਤ ਮਾਨ ਕਹਿੰਦੇ ਨੇ 36,000 ਤਾਂ ਬਹੁਤ ਦੂਰ ਦੀ ਗੱਲ ਹੈ, 36 ਦੀ ਲਿਸਟ ਜਾਰੀ ਕਰ ਦੇਣ, ਉਹੀ ਬਹੁਤ ਵੱਡੀ ਗੱਲ ਆ। ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਦੇਖੋ ਪ੍ਰੋਸੈਸ ਦੇ ਵਿੱਚ ਹੈਗਾ, ਸਮਾਂ ਥੋੜ੍ਹਾ ਆ, ਕਈਆਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ। ਭਗਵੰਤ ਮਾਨ ਮੇਰਾ ਚੰਗਾ ਦੋਸਤ ਹੈਗਾ, ਚੰਗਾ ਇਨਸਾਨ ਹੈ, ਪਰ ਮੇਰਾ ਖਿਆਲ ਹੈ ਕਿ ਇਹ ਪ੍ਰੋਸੈਸ ਦੇ ਵਿੱਚ ਹੈਗਾ, ਇਹ ਹੌਲੀ ਹੌਲੀ ਜਿਹੜਾ, ਕਿਉਂਕਿ ਜਿਹੜੇ ਡਿਸੀਜ਼ਨ ਕੈਬਨਿਟ ਦੇ ਹੋਏ ਆ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੈਗੀ ਆ। ਹੁਣ ਲਗਾਤਾਰ ਜਿਹੜੀ ਆਗੂਆਂ ਦਾ ਇੱਕ ਦੂਜੇ ਪਾਰਟੀਆਂ ਦੇ ਵਿੱਚ ਜਾਣ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਸਪੋਕਸਪਰਸਨ ਬਲੀਏਵਾਲ ਵੱਲੋਂ ਅਸਤੀਫਾ ਦਿੱਤਾ ਗਿਆ, ਸਿੱਧੇ ਸਿੱਧੇ ਐਲੀਗੇਸ਼ਨ ਨਵਜੋਤ ਸਿੱਧੂ ਦੇ ਉੱਤੇ ਲਗਾਏ ਗਏ। ਉਹਨਾਂ ਨੇ ਕਹਿੰਦਾ ਕਿ ਪੰਜਾਬ ਦੀ ਕਮਾਨ ਜਿਹੜੀ ਹੈਗੀ ਹੁਣ ਗਲਤ ਹੱਥਾਂ ਦੇ ਵਿੱਚ ਆ, ਪਾਕਿਸਤਾਨ ਨੂੰ ਲੈ ਕੇ ਬਿਆਨਬਾਜ਼ੀਆਂ ਨੂੰ ਸਾਨੂੰ ਪਾਰਟੀ ਨੂੰ ਡਿਫੈਂਡ ਕਰਨ ਨੂੰ ਮੁਸ਼ਕਲ ਆਉਂਦੀ ਸੀ, ਇਸ ਕਰਕੇ ਮੈਨੂੰ ਅਸਤੀਫਾ ਦੇਣਾ ਪੈ ਗਿਆ। ਪਤਾ ਨਹੀਂ, ਉਹ ਤਾਂ ਹੁਣ ਦੇਖੋ ਸਪੋਕਸਪਰਸਨ ਹੈਗੇ ਆ, ਇਹ ਕਿਉਂਕਿ ਰੁੱਤ ਇਹੋ ਜਿਹੀ ਆ ਜਿਹਦੇ ਵਿੱਚ ਬਹੁਤਿਆਂ ਨੇ ਆਉਣਾ ਬਹੁਤਿਆਂ ਨੇ ਜਾਣਾ, ਕੋਈ ਗੱਲ ਇੱਦਾਂ ਦੀ ਹੈ ਨਹੀਂ। ਹੁਣ ਤੁਹਾਨੂੰ ਲੱਗਦਾ ਕੀ ਹੈ ਪੰਜਾਬ ਦੇ, ਕੀ ਸਿਨੈਰੀਓ ਕੀ ਲੱਗ ਰਿਹਾ, ਕਿਉਂਕਿ ਲਗਾਤਾਰ BJP ਵੀ ਅਟੈਕਿੰਗ ਮੂਡ 'ਤੇ ਆ ਚੁੱਕੀ ਹੈ, ਲਗਾਤਾਰ ਜਿਹੜੀਆਂ ਹੈਗੀਆਂ ਕਾਫੀ ਜਿਹੜੀ ਕੰਪੇਨ ਚੱਲ ਰਹੀਆਂ ਅਤੇ ਭਰਤੀਆਂ ਵੀ ਹੋ ਰਹੀਆਂ? ਇਹ ਦੇਖੋ ਇਹ ਸਮਾਂ ਦੱਸੂਗਾ, ਪਰ ਸਾਡੀ ਮੈਨੂੰ ਲੱਗਦਾ ਕੋਈ ਬਹੁਤੀ ਪ੍ਰੋਬਲਮ ਹੈ ਨਹੀਂ। ਬਿਲਕੁਲ, ਐਸੀ ਕੇ ਪ੍ਰਕਾਸ਼ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਦਾ ਮੁੱਦਾ ਜਿਹੜਾ ਹੈਗਾ ਉਹ ਲਗਾਤਾਰ ਬੇਸ਼ੱਕ ਚਰਚਾਵਾਂ ਦੇ ਵਿੱਚ ਆ, ਪਰ ਜਥੇਬੰਦੀਆਂ ਨੂੰ ਵੀ ਸਮਝਣਾ ਚਾਹੀਦਾ ਜਿਹੜੀ ਭਰਤੀ ਹੋਣੀ ਚਾਹੀਦੀ ਆ ਉਸ ਨੂੰ ਹੋਣ ਦੇਣ, ਅਤੇ ਦੂਜੇ ਪਾਸੇ ਭਗਵੰਤ ਮਾਨ ਦੇ ਆਰੋਪਾਂ ਦਾ ਵੀ ਜਿਹੜਾ ਹੈਗਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਪ੍ਰਗਟ ਸਿੰਘ। ਕੈਮਰਾ ਰੋਹਿਤ ਦੇ ਨਾਲ ਵੇਖਤਾ, ਦੈਨਿਕ ਸਵੇਰਾ TV, ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ, ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਨਬਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।